ਸਤਿ ਸ਼੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਪ੍ਰੀ ਬੋਰਡ ਦੀ ਡੇਟਸ਼ੀਟ ਜਿਹੜੀ ਆ ਚੁੱਕੀ ਹੈ ਠੀਕ ਹੈ ਜੀ ਸੋ 12ਵੀਂ ਜਮਾਤ ਦੇ ਪੇਪਰ ਵੀ ਸ਼ੁਰੂ ਹੋ ਰਹੇ ਹਨ 20 ਤਰੀਕ ਤੋਂ ਠੀਕ ਹੈ ਜੀ ਤੋਂ ਸਾਰੇ ਵਿਦਿਆਰਥੀਆਂ ਦੇ ਲਗਾਤਾਰ ਕਮੈਂਟ ਆ ਰਹੇ ਆ ਸੈਂਪਲ ਪੇਪਰਾਂ ਨੂੰ ਲੈ ਕੇ ਸੋ ਦੋਸਤੋ ਇੱਥੇ ਸਟਾਰਟਿੰਗ ਦੇ ਵਿੱਚ ਹੀ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਆ ਸਾਡੀ ਵੈਬਸਾਈਟ ਹੈ www.thepunjabiclass.com ਜੀਹਾਂ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਸਬਜੈਕਟ ਦਾ ਕੋਈ ਵੀ ਸੈਂਪਲ ਪੇਪਰ ਜਿਹੜਾ ਹੈ ਉਹ ਤੋਂ ਪ੍ਰਾਪਤ ਕਰ ਸਕਦੇ ਹੋ ਜੋ ਕਿ ਪੂਰੀ ਤਰ੍ਹਾਂ ਸੋਲਵ ਕੀਤੇ ਹੁੰਦੇ ਹਨ ਤੁਹਾਡੀ ਸਹੂਲਤ ਦੇ ਲਈ ਦੋਵੇਂ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਦੇ ਵਿੱਚ ਜੀ ਹਾਂ ਇੱਕ ਵਾਰੀ ਮੈਂ ਫੇਰ ਦੱਸ ਦਿੰਦਾ ਹਾਂ www.thepunjabiclass.com ਤੇ ਜਾ ਕੇ ਤੁਸੀਂ ਜਿਹੜੇ ਹੁਣ ਪ੍ਰੀਬੋਰਡ ਪੇਪਰ ਚੱਲ ਰਹੇ ਹਨ ਇਹਨਾਂ ਦੇ ਸੈਂਪਲ ਪੇਪਰ ਇੱਥੋਂ ਪ੍ਰਾਪਤ ਕਰ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਜਿਹੜੇ ਪੂਰੀ ਤਰ੍ਹਾਂ ਹੱਲ ਕੀਤੇ ਹੁੰਦੇ ਹਨ ਸਾਰੀ ਕਲਾਸਾਂ ਦੇ ਠੀਕ ਹੈ ਜੀ ਸੋ ਅੱਜ ਅਸੀਂ ਲੈ ਕੇ ਆਏ ਹਾਂ 12ਵੀਂ ਜਮਾਤ ਦਾ ਮੈਥ ਦਾ ਸੈਂਪਲ ਪੇਪਰ ਠੀਕ ਹੈ ਜੀ ਸੋ ਸ਼ੁਰੂ ਕਰਦੇ ਹਾਂ ਸੋ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਦੇਣਾ ਤਾਂ ਜੋ ਤੁਹਾਨੂੰ ਜਿਹੜੇ ਹਨ ਸਾਡੇ ਜਿਹੜੇ ਨੋਟੀਫਿਕੇਸ਼ਨ ਹਨ ਉਹ ਲਗਾਤਾਰ ਮਿਲਦੇ ਰਹਿਣ ਤੇ ਨਾਲੇ ਦੋਸਤੋ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦੇ ਹਾਂ ਸਾਡਾ ਟੈਲੀਗ੍ਰam ਦੇ ਉੱਤੇ ਚੈਨਲ ਹੈ ਪੰਜਾਬੀ ਕਲਾਸ ਦੇ ਨਾਂ ਦੇ ਉੱਤੇ ਹੈ ਠੀਕ ਹੈ ਜੀ ਸੋ ਉਹਦਾ ਜਿਹੜਾ ਲਿੰਕ ਹੈ ਅਸੀਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਸਾਡੇ ਨੂੰ ਟੈਲੀਗ੍ਰਾਮ ਚੈਨਲ ਤੇ ਵੀ ਜੁਆਇਨ ਕਰ ਸਕਦੇ ਹੋ ਉਹਦਾ ਜੁਆਇਨ ਕਰਨ ਦਾ ਕਾਰਨ ਇਹ ਹੈ ਕਿਉਂਕਿ ਕਈ ਵਾਰੀ YouTube ਵੱਲੋਂ ਨੋਟੀਫਿਕੇਸ਼ਨ ਨਹੀਂ ਜਾਂਦੀ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਫਿਰ ਪਤਾ ਨਹੀਂ ਲੱਗਦਾ ਹੈ ਕਿ ਉਹ ਪੇਪਰ ਜਿਹੜਾ ਹੈ ਉਹ ਪਾਇਆ ਹੈ ਜਾਂ ਫਿਰ ਨਹੀਂ ਪਾਇਆ ਹੈ ਠੀਕ ਹੈ ਜੀ ਸੋ ਅਸੀਂ ਜਦੋਂ ਵੀ ਕੋਈ ਇੱਥੇ ਵੀਡੀਓ ਪਾਉਂਦੇ ਹਾਂ ਉਸ ਤੋਂ ਬਾਅਦ ਜਿਹੜਾ ਹੈ ਟੈਲੀਗ੍ਰਾਮ ਤੇ ਉਹ ਵੀਡੀਓ ਨੂੰ ਸ਼ੇਅਰ ਕਰ ਦਿੰਦੇ ਹਾਂ ਠੀਕ ਹੈ ਜੀ ਸੋ ਜੇ ਤੁਸੀਂ ਉੱਥੇ ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਂਦੇ ਹੋ ਤਾਂ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੋਈ ਨੋਟੀਫਿਕੇਸ਼ਨ ਜਿਹੜੀ ਹੈ ਮਿਸ ਨਹੀਂ ਹੋਵੇਗੀ ਠੀਕ ਹੈ ਜੀ ਸੋ ਜ ਤੋ ਇਹ ਜਿਹੜਾ ਤੁਸੀਂ ਵੀਡੀਓ ਦੇਖ ਰਹੇ ਹੋ ਇਹਦਾ ਸੈਂਪਲ ਪੇਪਰ ਦਾ ਲਿੰਕ ਵੀ ਅਸੀਂ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਿੱਤਾ ਹੈ ਉੱਥੋਂ ਤੁਸੀਂ ਇਸ ਪੇਪਰ ਨੂੰ ਵੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਸੋ ਸ਼ੁਰੂ ਕਰਦੇ ਹਾਂ ਸੈਂਪਲ ਕੁਐਸਚਨ ਪੇਪਰ 10+2 ਯਾਨੀ ਕਿ 12ਵੀਂ ਮੈਥਮੈਟਿਕ ਟਾਈਮ ਅਲਾਉਡ 3 ਆਵਰਸ ਹੈ ਮੈਕਸਿਮਮ ਮਾਰਕਸ ਨੇ 80 ਸੈਕਸ਼ਨ A ਹੈ ਕੁਐਸਚਨ ਨੰਬਰ 1 ਚੂਜ਼ ਅ ਕਰੈਕਟ ਆਪਸ਼ਨ ਇਨ ਦਾ ਫਾਲੋਇੰਗ ਕੁਐਸਚਨ ਸੋ ਦੋਸਤੋ ਇਥੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਜਿਹੜਾ ਮੈਥ ਹੈ ਉਹ ਸਾਡਾ ਵਿਸ਼ਾ ਨਹੀਂ ਹੈ ਸੋ ਸਾਡੇ ਲਈ ਮੈਥ ਦੇ ਪੇਪਰ ਨੂੰ ਹੱਲ ਕਰਕੇ ਲੈ ਕੇ ਆਣਾ ਥੋੜੀ ਜੀ ਦਿੱਕਤ ਵਾਲਾ ਕੰਮ ਹੋ ਜਾਂਦਾ ਹੈ ਠੀਕ ਹੈ ਜੀ ਸੋ ਕੋਈ ਸਮੇਂ ਦੀ ਵੀ ਪਾਬੰਦੀ ਰਹਿੰਦੀ ਹੈ ਕਿਉਂਕਿ ਜਿਹੜੇ ਵਿਸ਼ਾ ਨਾ ਹੋਵੇ ਉਹਨੂੰ ਲੱਭ ਕੇ ਕਰਨ 'ਚ ਬਹੁਤ ਸਮਾਂ ਲੱਗ ਜਾਂਦਾ ਹੈ ਠੀਕ ਹੈ ਜੀ ਕਿਉਂਕਿ ਸਭੀ ਬਾਕੀ ਕਲਾਸਾਂ ਦੇ ਜਿਹੜੇ ਪੇਪਰ ਹਨ ਉਹ ਵੀ ਪਾਣੀ ਹੁੰਦੇ ਹਨ ਸੋ ਹਰ ਕਲਾਸ ਦੇ ਵਿੱਚ 5-5 6-6 ਸਬਜੈਕਟ ਹੁੰਦੇ ਹਨ ਸੋ ਪੇਪਰ ਨੂੰ ਬਣਾ ਕੇ ਲਿਖਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ ਸੋ ਮੈਂ ਤੁਹਾਨੂੰ ਛੱਡ ਕੇ ਅਸੀਂ ਲਗਭਗ ਸਾਰੇ ਹੋਰ ਜਿੰਨੇ ਵੀ ਵਿਸ਼ਿਆਂ ਨੂੰ ਸਾਰੇ ਕਵਰ ਕਰਦੇ ਹਾਂ ਸਾਇੰਸ ਹੋਵੇ ਐਸਐਸਟੀ ਹੋਵੇ ਇੰਗਲਿਸ਼ ਪੰਜਾਬੀ ਤੋਂ ਤੱਕ ਹੀ ਹਿੰਦੀ ਵੀ ਅਸੀਂ ਕਵਰ ਕਰਦੇ ਆਂ ਠੀਕ ਹੈ ਜੀ ਸੋ ਇਹ ਪੇਪਰ ਜਿਹੜਾ ਹੈ ਫਿਰ ਅਸੀਂ ਇਸ ਵਾਰੀ ਤੁਹਾਨੂੰ ਸਕਰੋਲ ਕਰਕੇ ਦਿਖਾ ਦਿੰਦੇ ਹਾਂ ਤੁਸੀਂ ਇੱਕ ਵਾਰੀ ਜ਼ਰੂਰ ਦੇਖ ਲੈਣਾ ਠੀਕ ਹੈ ਜੀ ਸੋ ਕੋਸ਼ਿਸ਼ ਕਰਾਂਗੇ ਜੇਕਰ ਤੁਹਾਨੂੰ ਕੋਈ ਮਿਲ ਗਿਆ ਇਸ ਪੇਪਰ ਨੂੰ ਹੱਲ ਕਰਨ ਦੇ ਲਈ ਤਾਂ ਅਸੀਂ ਹੱਲ ਕਰਕੇ ਵੀ ਲੈ ਕੇ ਆਵਾਂਗੇ ਪਰ ਫਿਲਹਾਲ ਦੀ ਘੜੀ ਜਿਹੜਾ ਹੈ ਤੁਸੀਂ ਇਸ ਪੇਪਰ ਨੂੰ ਇਸੇ ਤਰ੍ਹਾਂ ਹੀ ਨੋਟ ਡਾਊਨ ਕਰ ਲਓ ਜਾਂ ਫਿਰ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਲਿੰਕ ਤੇ ਕਲਿੱਕ ਕਰਕੇ ਇਹਨੂੰ ਡਾਊਨਲੋਡ ਕਰ ਲਿਓ ਠੀਕ ਹੈ ਜੀ ਸੋ ਹਾਲਤ ਉਸਾਰ ਨੂੰ ਖੁਦ ਕਰਨਾ ਪਏਗਾ ਪਰ ਇਹ ਇਸ ਤੋਂ ਤੁਹਾਨੂੰ ਇਹ ਪਤਾ ਲੱਗ ਜੇਗਾ ਇੱਕ ਤਾਂ ਸਾਰੇ ਇੰਪੋਰਟੈਂਟ ਕੁਐਸਚਨ ਕਿਹੜੇ-ਕਿਹੜੇ ਨੇ ਔਰ ਪਲੱਸ ਪੇਪਰ ਦਾ ਪੈਟਰਨ ਜਿਹੜਾ ਹੈ ਕਿਸ ਤਰ੍ਹਾਂ ਦਾ ਰਹੇਗਾ ਠੀਕ ਹੈ ਜੀ ਸੋ ਸ਼ਮਾ ਚਾਹੁੰਦੇ ਹਾਂ ਇਹਦੇ ਲਈ ਵੀ ਪੇਪਰ ਸਮਾ ਜਿਹੜਾ ਹੈ ਸੋਲਵ ਕਰਕੇ ਨਹੀਂ ਲੈ ਕੇ ਆ ਸਕੇ ਠੀਕ ਹੈ ਜੀ ਕੋਸ਼ਿਸ਼ ਕਰਾਂਗੇ ਵੀ ਅਗਲੀ ਵਾਰੀ ਜਿਹੜਾ ਹੈ ਪੇਪਰ ਸੋਲਵ ਕਰਕੇ ਲੈ ਕੇ ਆਈਏ ਸੋ ਹੁਣ ਤੁਸੀਂ ਫਿਲਹਾਲ ਦੀ ਘੜੀ 'ਚ ਤੁਸੀਂ ਪੇਪਰ ਸਾਰਾ ਨੋਟ ਡਾਊਨ ਕਰ ਲਓ ਸਕਰੋਲ ਕਰ ਦਿੱਤਾ ਹੈ ਸਾਰਾ ਪੇਪਰ ਇੰਪ ਇਹਦਾ ਦੱਸ ਦਿੰਦੇ ਹਾਂ ਪੇਪਰ ਨੂੰ ਜੇ ਡਾਊਨਲੋਡ ਕਰਨਾ ਹੈ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਲਿੰਕ ਤੇ ਕਲਿੱਕ ਕਰਕੇ ਤੁਸੀਂ ਪੇਪਰ ਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵਾਂ ਪੇਪਰ ਲੈ ਕੇ ਸੋ ਪੂਰੀ ਤਰ੍ਹਾਂ ਹੱਲ ਕਰਕੇ ਲੈ ਕੇ ਆਵਾਂਗੇ ਠੀਕ ਹੈ ਜੀ ਤਦ ਤੱਕ ਲਈ ਧੰਨਵਾਦ